भगत सिंह घड़े की कर लगन अं को कला किया कोई देश रोई अं अं तो सूरमे हाँ चंगे आजादी हीर मर लगे हाँ साढ़े मूँह ना कजी उदो रिवाज से गना किसी बंदे का होना मूँह ढक के फाहे किसी को दे देना भगत सिंह कहना अं नंगे मूँह शहाद देवे आता दो मिनट मैं फांसी ना गल कर लैन दे कथू कहता एवें डरदा मौत तो छेती कर एक दो मिनट का सारी गल है हमने तू पंजाब भारत में विधा कह देना मैं अपनी ड्यूटी निभा लेनी है एवें थोड़ा जहा डर लिया आता नहीं पासे हो जा फांसी ना आता नहीं फांसी तू दोषी भी आपके उत्ते चढ़ा के मारे हो गए और असी निर्दोष हाँ पर एक साढ़े ना कर्म करी चंगा असी शहीद हो जाइए पर साढ़े वालों साडा देश आजाद होना चाहिए उस वे की कहानी हूँ क्यों हो बहनूरा खुश चल आवे कईया लोटुआ ने अन्निया मचाया सातो हीरा खुश चल आवे अज कड़िया नुपाकना ने आया सलाना रांधे छे आवे कहना रब्बा यादी हीर नू मिला दे मेरा खून पीला फांसी खुश चल आवे अज कड़िया नुपाकना ने आया सलाना रंग छे आवे कहना रब्बा यादी हीर नू मिला दे मेरा खून पीले फांसी नी मेरे देश नू आजाद करा दे मंजिल दुबाटे रोकती वतन दिया मिल के गदारा जनता दा खून पीनिया वे सदा रेंदिया नहीं सरकारा जनता दा खून पीवनी ओ मेरे गले ते जुल्फ लटकावे मेरा खून पीले फांसीए नी मेरे देश नू आजाद करावे आशिक वतन दे झूठे फांसियां दे उत्ते लेंदे हंस ने थोड़ा जीवन दे ओए पैर पिछे नी मरद परतां दे प्यासा मैं दीदार तेरा ओए केरा अखियां दी झलक विखा दे मेरा खून पीले फांसीए नी मेरे देश नू आजाद करा दे देश लुट जा फांसी रोक
ਜੀ ਛਾਲ ਮਾਰ ਕੇ ਮਿੱਤਰੇ ਕੋਈ ਕੋਈ ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ ਧਿਆਨ ਤਾਰ ਦੀ ਪ੍ਰੀਖਿਆ ਤਦ ਹੁੰਦੀ ਗੋਡੇ ਗੋਡੇ ਦੀ ਭੁੱਖ ਤੇ ਨੰਗ ਹੋਵੇ ਉਦੋਂ ਆਪਣਾ ਆਪ ਬਚਾਏ ਕੋਈ ਕੋਈ ਜਦੋਂ ਘੇਰਿਆ ਵਿੱਚ ਕੁਸੰਗ ਹੋਵੇ ਕਿਸੇ ਕਿਸੇ ਦੀ ਰਹਿੰਦੀ ਜਵਾਨ ਮਿੱਠੀ ਦਹੀਂ ਸੋਕੇ ਜਦੋਂ ਕਰੰਗ ਹੋਵੇ ਸੇਵਾ ਪਤੀ ਦੀ ਕਰੇ ਕੋਈ ਨਾਰ ਵਿਰਲੀ ਜਦੋਂ ਚੁੱਲ੍ਹੇ ਵਿੱਚ ਭੁੱਜਦੀ ਭੰਗ ਹੋਵੇ ਜਦੋਂ ਹਾੜ 'ਚ ਭੁਲੋਰੇ ਭਰੇ ਹੋਣ ਨਾ ਬੜੇ ਇਹਨਾਂ ਨੂੰ ਸਾਗ ਚੇਤੇ ਆਉਂਦੇ ਮੇਰੀ ਭੂਆ ਦੀ ਪੋਤਰੀ ਦਾ ਵਿਆਹ ਹੈ ਮੇਰੀ ਮਾਸੀ ਦੀ ਦੋਹਤਰੀ ਦਾ ਵਿਆਹ ਹੈ ਅਤੇ ਜਦੋਂ ਫੱਕੜ 'ਚ ਮੁੱਕੇ ਹੋਣ ਨਾ ਅਗਲੇ ਦਿਨ ਆਉਣੇ ਆ ਜੇ ਸਰਦਾਰ ਆਖੇ ਨਾ ਤੁਹਾਡੀ ਵੱਡੀ ਨਨਾਣ ਦੇ ਪੁੱਤਰ ਦਾ ਵਿਆਹ ਹੈ ਛੱਡੋ ਜੀ ਇੰਨਿਆਂ ਸਾਕਾਂ ਨਾਲ ਨਹੀਂ ਵਰਤਿਆ ਜਾਂਦਾ ਉਦੋਂ ਚੁੱਲ੍ਹੇ 'ਚ ਭੁੱਜਣ ਦੀ ਭੰਗ ਹੋਵੇ ਸੇਵਾ ਪਤੀ ਦੀ ਕਰੇ ਕੋਈ ਨਾਰ ਵਿਰਲੀ ਜਦੋਂ ਚੁੱਲ੍ਹੇ ਵਿੱਚ ਭੁੱਜਣ ਦੀ ਭੰਗ ਹੋਵੇ ਉੱਥੇ ਵਿਰਲਾ ਕੋਈ ਕਵਿਤਾ ਨੂੰ ਸਿਰੇ ਚਾੜੇ ਜਿੱਥੇ ਕਵਿਤਾ ਦਾ ਕਾਫੀਆ ਤੰਗ ਹੋਵੇ ਬਾਬੂ ਫਿਰੋਜ਼ਦੀਨ ਸ਼ਰਫ ਇਹ ਚਾਰ ਕਵੀ ਹੋਏ ਆ ਸ਼ਾਹ ਮੁਹੰਮਦ ਕਾਦਰ ਯਾਦ ਹੁਸੈਨ ਅਤੇ ਸ਼ਰਫ ਜਿਨ੍ਹਾਂ ਨੇ ਮੁਸਲਮਾਨ ਹੁੰਦਿਆਂ ਜੋਗੀ ਅਲਾ ਯਾਰ ਖਾਂ ਜਿਹਨਾਂ ਸਿੱਖਾਂ ਦੀ ਸਿਫਤ ਕੀਤੀ ਆ ਉਹ ਕਹਿੰਦਾ ਜੀਮ ਜਿਹਨਾਂ ਨੂੰ ਮਾਣ ਹੈ ਬਾਜਵਾਂ 'ਤੇ ਖਤਰਾ ਉਹਨਾਂ ਨੂੰ ਜਬਰ 'ਤੇ ਜੇਰ ਨਾ ਕੀ ਹੋਵੇ ਸੂਰਮਾ ਆਵੇ ਮੈਦਾਨ ਅੰਦਰ ਮੂੰਜੀ ਉੱਠ ਕੇ ਲੜੇ ਦਲੇਰ ਨਾ ਕੀ ਜਿਹੜੇ ਨਿੱਤ ਦਰਿਆਵਾਂ ਦੇ ਤਰਨ ਵਾਲੇ ਖਤਰਾ ਉਹਨਾਂ ਨੂੰ ਘੁੰਮਣ 'ਤੇ ਘੇਰ ਨਾ ਕੀ ਕਹਿੰਦਾ ਸ਼ਰਫ ਨਹੀਂ ਕਦੇ ਦੀ ਗਊ ਬਣਦੀ ਗਿੱਦੜ ਕਰੇ ਮੁਕਾਬਲਾ ਸ਼ੇਰ ਨਾ ਕੀ ਉਹ ਕਦੇ ਮੰਗਿਆ ਕਿਸੇ ਨਾਲ ਸਜ਼ਾ ਡੇਢ ਮਿੰਟ ਦੀ ਹੈ ਕਹਿੰਦਾ ਦੇਰ ਨਾ ਲਾਓ ਛੇਤੀ ਕਰੋ ਉਸ ਵੇਲੇ ਕੱਥੂ ਜਲਾਦ ਨੇ ਹੈਂਡਲ ਫੇਰਿਆ ਤਿੰਨਾਂ ਦੀ ਇੱਕੇ ਦਮ ਮੌਤ ਹੋ ਗਈ ਫਿਰ ਇੱਥੇ ਨਹੀਂ ਭਤੀਜਿਆ ਥੱਲੇ ਜਾ ਕੇ ਉਹਨਾਂ ਦੀਆਂ ਲੱਤਾਂ ਖਿੱਚ ਖਿੱਚ ਕੇ ਉਹਨਾਂ ਨੂੰ ਟੋਏ ਵਿਕਦੇ ਇਹ ਬਾਜਦੇ ਨਹੀਂ ਗਏ ਫਿਰ ਡਾਕਟਰ ਨੂੰ ਸਿਵਲ ਸਰਜਨ ਨੂੰ ਸੱਦਿਆ ਉਹਨੇ ਛਾਤੀਆਂ ਟੋਈਆਂ ਕਿਹਾ ਮੌਤ ਹੋ ਗਈ ਹੈ ਇੱਕ ਲਿਖਾਰੀ ਲਿਖਦਾ ਹੈ ਇਹ ਭਗਤ ਸਿੰਘ ਬਚ ਗਿਆ ਸੀ ਬਾਅਦ ਵਿੱਚ ਉਹਨੂੰ ਜ਼ਹਿਰ ਦਾ ਟੀਕਾ ਲਾਇਆ ਗਿਆ ਖੈਰ ਬਾਅਦ ਚਾਂ ਮੇਰੇ ਸੁੱਚਾ ਕੁੱਕਰ ਦੀ ਵੀ ਗੱਲ ਆਉਂਦੀ ਆ ਅਨੱਥਾ ਸਿੰਘ ਧੁਨ ਦੀ ਵੀ ਗੱਲ ਆਉਂਦੀ ਹੋਰ ਵੀ ਕਈ ਕਹਾਣੀਆਂ ਹੈ ਭਗਤ ਸਿੰਘ ਅਤੇ ਰਾਜਗੁਰੂ ਸੁਖਦੇਵ ਦੀਆਂ ਲਾਸ਼ਾਂ ਪਈਆਂ ਨੇ ਧਰਤੀ 'ਤੇ ਬਾਹਰ ਜਿੰਨਾ ਪੰਜਾਬ ਹੈ ਜਿੱਥੇ ਜਿੱਥੇ ਪਤਾ ਲੱਗਾ ਸਾਰੀ ਜੇਲ੍ਹ ਘੇਰੀ ਪਈ ਆ ਸ਼ਹੀਦਾਂ ਦੀਆਂ ਪਵਿੱਤਰ